ਆਈ ਵੁੱਡ ਸੇ ਅਨਿਲ ਅੰਬਾਨੀ ਮੋਦੀ ਕਾਰਪੋਰੇਸ਼ਨ ਦਾ ਜਿਹੜਾ ਰਫਾਲ ਜਹਾਜ਼ ਹੈ ਉਹਦੇ ਨਾਲੋਂ ਬੈਟਰ ਹੈ। ਮੋਦੀ ਜੀ ਯਾਰੀ ਨਿਭਾਈਏ ਪਰੰਤੂ ਦੇਸ਼ ਦੀ ਸੁਰੱਖਿਆ ਕੇ ਸਾਥ ਖਿਲਵਾੜ ਨਾ ਕੀਜੀਏ, ਯੇ ਹਮਾਰਾ ਸੰਦੇਸ਼ ਆਪਕੋ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਰਿਲਾਇੰਸ ਇੰਡਸਟਰੀ ਦੇ ਕਾਨੂੰਨੀ ਦਾਅ ਪੇਚਾਂ ਵਿੱਚ ਉਲਝਦੇ ਨਜ਼ਰ ਆ ਰਹੇ ਨੇ। ਅਸਲ ਵਿੱਚ ਸੁਨੀਲ ਜਾਖੜ ਨੂੰ ਰਿਲਾਇੰਸ ਗਰੁੱਪ ਨੇ ਕਾਨੂੰਨੀ ਨੋਟਿਸ ਭੇਜਿਆ। ਰਿਲਾਇੰਸ ਨੇ ਜਾਖੜ ਤੋਂ ਇਲਾਵਾ ਕਈ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਵੀ ਨੋਟਿਸ ਭੇਜਿਆ ਤੇ ਅੱਗੇ ਤੋਂ ਕੰਪਨੀ ਦਾ ਨਾਮ ਖਰਾਬ ਨਾ ਕਰਨ ਦੀ ਹਦਾਇਤ ਵੀ ਕੀਤੀ। ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਰਿਲਾਇੰਸ ਦੇ ਨਾਲ ਨਾਲ ਰਾਫੇਲ ਮਾਮਲੇ ਤੇ ਬੋਲਦਿਆਂ ਮੋਦੀ ਸਰਕਾਰ ਦੀ ਵੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਨੋਟਿਸ ਮਿਲਿਆ ਜਿਹਦੀ ਕਾਪੀ ਮੈਂ ਤੁਹਾਨੂੰ ਸਾਰਿਆਂ ਨੂੰ ਦੇਵਾਂਗਾ ਫਰੋਮ ਦਾ ਚੇਅਰਮੈਨ ਆਫ ਦਾ ਰਿਲਾਇੰਸ ਗਰੁੱਪ ਮਿਸਟਰ ਅਨਿਲ ਅੰਬਾਨੀ ਵੀ ਤੁਸੀਂ ਰਫਾਲ ਡੀਲ ਦੇ ਉੱਤੇ ਜਿਹੜੇ ਸਾਡੇ ਉੱਤੇ ਇਲਜ਼ਾਮ ਲਾ ਰਹੇ ਹੋ ਉਸ ਤੋਂ ਤੁਸੀਂ ਬਾਜ਼ ਆਓ, ਨਹੀਂ ਤਾਂ ਤੁਹਾਡੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਆਈ ਥਿੰਕ ਇਟ ਸ਼ੋਜ਼ ਦ ਨੈਕਸਿਸ ਬਿਟਵੀਨ ਬੀਜੇਪੀ ਐਂਡ ਦ ਕਾਰਪੋਰੇਟ ਵਰਲਡ। ਮੇਰਾ ਗਿਲਾ ਰਿਲਾਇੰਸ ਨਾਲ ਜਾਂ ਅਨਿਲ ਅੰਬਾਨੀ ਨਾਲ ਨਹੀਂ, ਮੇਰਾ ਜਿਹੜਾ ਮੁੱਦਾ ਹੈ ਬੀਜੇਪੀ ਦੀ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਨਾਲ ਹੈ ਵੀ ਆਹ ਲੋਕਤੰਤਰ ਨੂੰ ਖਤਮ ਕਰਨ ਦਾ ਇੱਕ ਪ੍ਰਯਾਸ ਕੀਤਾ ਜਾ ਰਿਹਾ। ਅਸੀਂ ਜਵਾਬ ਮੰਗਦੇ ਸੀਗੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਇਆ ਗਿਆ ਪਾਰਲੀਮੈਂਟ ਦੇ ਵਿੱਚ, ਜਿਹਦੇ ਵਿੱਚ ਕਾਂਗਰਸ ਪ੍ਰੈਜੀਡੈਂਟ ਸ਼੍ਰੀ ਰਾਹੁਲ ਗਾਂਧੀ ਜੀ ਨੇ ਡਾਇਰੈਕਟ ਐਲੀਗੇਸ਼ਨ ਜਿਹੜਾ ਇਲਜ਼ਾਮ ਲਾਇਆ ਸੀਗਾ ਵੀ ਨਰਿੰਦਰ ਮੋਦੀ ਜੀ, ਮਾਨਯ ਪ੍ਰਧਾਨ ਮੰਤਰੀ ਜੀ, ਆਹ ਜਿਹੜਾ ਰਫਾਲ ਫਾਈਟਰ ਜੈੱਟ ਖਰੀਦਿਆ ਗਿਆ ਹਿੰਦੁਸਤਾਨ ਦੀ ਏਅਰਫੋਰਸ ਵਾਸਤੇ, ਉਹਦੇ ਵਿੱਚ ਤੁਹਾਡੀ ਸਰਕਾਰ ਨੇ 41,000 ਕਰੋੜ ਰੁਪਈਏ ਦਾ ਗਬਨ ਕੀਤਾ ਹੈ। ਅਤੇ ਉਹਨਾਂ ਨੇ ਆਹ ਵੀ ਚੈਲੰਜ ਕੀਤਾ ਵੀ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰੋ, ਅਤੇ ਸਾਰੇ ਦੇਸ਼ ਨੇ ਦੇਖਿਆ ਵੀ ਪ੍ਰਧਾਨ ਮੰਤਰੀ ਉਸ ਸਮੇਂ ਉਹਨਾਂ ਦੀਆਂ ਅੱਖਾਂ ਰਾਹੁਲ ਗਾਂਧੀ ਜੀ ਨਾਲ ਅੱਖਾਂ ਨਹੀਂ ਮਿਲਾ ਸਕੇ। ਪਰ ਅੱਜ ਜਿਸ ਤਰ੍ਹਾਂ ਕਹਿੰਦੇ ਇੱਕ ਤੋਂ ਚੋਰੀ ਉੱਪਰ ਸੇ ਸੀਨਾ ਚੋਰੀ। ਰਫੇਲ ਡੀਲ ਮਾਮਲੇ ਤੇ ਬੋਲਦਿਆਂ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੌ ਸਿੱਖਿਆਂ ਦੇ ਹੱਥ ਦੇ ਦਿੱਤੀ ਹੈ। ਮੈਨੂੰ ਇਸ ਗੱਲ ਦਾ ਨਹੀਂ ਸੀ ਫਰਕ ਪੈਣਾ ਵੀ ਮੈਨੂੰ ਅਮਿਤ ਸ਼ਾਹ ਜੀ ਤਰਫ ਤੋਂ ਜਾਂ ਹਿੰਦੁਸਤਾਨ ਦੀ ਸਰਕਾਰ ਦੀ ਤਰਫ ਤੋਂ ਨੋਟਿਸ ਆਉਂਦਾ, ਕੋਈ ਮੈਨੂੰ ਗਿਲਾ ਹੈ ਨਹੀਂ ਸੀ। ਦੇ ਕੁਡ ਹੈਵ ਦੇਅਰ ਓਨ ਓਪੀਨੀਅਨ, ਬਟ ਇੱਕ ਉਦਯੋਗਪਤੀ ਨੇ ਜਿਹੜਾ ਨੋਟਿਸ ਕੱਢਿਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ, ਉਹ ਇੱਕ ਬੜਾ ਗੰਭੀਰ ਮੁੱਦਾ ਹੈ। ਮਾਨੀਏ ਅਮਿਤ ਸ਼ਾਹ ਜੀ ਨੇ ਜਿਸ ਦਿਨ ਆਇਸ਼ੂ ਲੋਕ ਸਭਾ ਸੇ ਮੈਂ ਚੱਕਿਆ ਸੀਗਾ, ਉਸ ਤੋਂ ਅਗਲੇ ਦਿਨ ਸ਼੍ਰੀ ਅਮਿਤ ਸ਼ਾਹ ਜੀ ਦੇ ਬਿਆਨ ਸੀਗੇ, ਕਹਿੰਦੇ ਕੁਛ ਲੋਕ ਜਿਨ ਕੋ ਇਹ ਕਾਮ ਨਹੀਂ ਮਿਲਾ ਵੋ ਲੋਕ ਸ਼ੋਰ ਮਚਾ ਰਹੇ। ਦੇ ਸ਼ੁੱਡ ਨਾਟ ਹੂਮ ਵੁੱਡ ਯੂ ਗਿਵ ਕ੍ਰੈਡੈਂਸ ਇਜ ਐਗਜੈਕਟ ਵਰਡਸ, ਬਟ ਹੂਮ ਵੁੱਡ ਯੂ ਗਿਵ ਕ੍ਰੈਡੈਂਸ ਟੂ ਦਾ ਡਿਫੈਂਸ ਮਿਨਿਸਟਰ ਮਿਸਿਸ ਸੀਤਾਰਮਨ ਔਰ ਟੂ ਦਾ ਪੀਪਲ ਹੂ ਹੈਵ ਨਾਟ ਗੋਟ ਦਾ ਜੋਬ। ਮੇਰਾ ਇੰਨਾ ਹੀ ਕਹਿਣਾ ਵੀ ਬੀਜੇਪੀ ਵਾਸਤੇ ਰਫਾਲ ਫਾਈਟਰ ਜੈੱਟ ਇੱਕ ਸੌਦਾ ਹੋ ਸਕਦਾ ਹੈ, ਕਾਂਗਰਸ ਵਾਸਤੇ ਆਹ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ। ਦਿਸ ਇਜ਼ ਨਾਟ ਐ ਸੌਦਾ, ਦਿਸ ਇਜ਼ ਨਾਟ ਐ ਡੀਲ। ਵੈਦਰ ਅੰਬਾਨੀ ਹੈਜ਼ ਗੋਟ ਇਟ, ਵੈਦਰ ਅਡਾਨੀ ਹੈਜ਼ ਗੋਟ ਇਟ ਇਜ਼ ਨਾਟ ਦਾ ਇਸ਼ੂ। ਦਾ ਇਸ਼ੂ ਇਜ਼ ਦਾ ਸਿਕਿਉਰਿਟੀ ਆਫ ਆਰ ਕੰਟਰੀ, ਦਾ ਇਸ਼ੂ ਇਜ਼ ਦਾ ਪ੍ਰੈਸ਼ੀਅਸ ਲਾਈਫ ਆਫ ਆਰ ਪੀਪਲ ਹੂ ਵਿਲ ਬੀ ਲੋਸਟ। ਜੇ ਨੌ ਸਿੱਖਿਆਂ ਦੇ ਹੱਥ 'ਚ ਡਿਫੈਂਸ ਦਾ ਮਹਿਕਮਾ ਅਸੀਂ ਫੜਾ ਤਾ, ਦੈਟ ਇਜ਼ ਅ ਵੈਰੀ ਸੀਰੀਅਸ ਇਸ਼ੂ। ਇਸ ਜਾਖੜ ਨੇ ਰਿਲਾਇੰਸ ਵੱਲੋਂ ਭੇਜੇ ਨੋਟਿਸ ਦਾ ਜਹਾਜ਼ ਬਣਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਫੇਲ ਜੈੱਟ ਬਣਾਉਣ ਦਾ ਠੇਕਾ ਉਸ ਕੰਪਨੀ ਨੂੰ ਦੇ ਦਿੱਤਾ ਜਿਸ ਨੂੰ ਕਾਗਜ਼ ਦਾ ਜਹਾਜ਼ ਵੀ ਬਣਾਉਣਾ ਨਹੀਂ ਆਉਂਦਾ। ਆਈ ਸਟਿਲ ਹੋਲਡ ਦੈਟ ਆਈ ਹੈਵ ਬੈਟਰ ਸਕਿੱਲਸ ਟੂ ਮੇਕ ਏਰੋਪਲੇਨ ਦੈਨ ਯੂ ਹੈਵ, ਵਿਚ ਆਈ ਹੈਵ ਡੈਮੋਸਟ੍ਰੇਟਿਡ ਇਨ ਦਾ ਪਾਰਲੀਮੈਂਟ, ਐਂਡ ਆਈ ਕੈਨ ਸ਼ੋਅ ਇਟ ਟੂ ਯੂ, ਆਈ ਕੈਨ ਡੂ ਬੈਟਰ, ਮੇ ਬੀ ਵੀ ਵਿਲ ਹੋਲਡ ਅ ਚੈਲੰਜ ਟੂ ਮੇਕ ਏਅਰਕ੍ਰਾਫਟ। ਦਿਸ ਇਜ਼ ਪ੍ਰਸਾਈਜ਼ਲੀ ਹਾਊ ਵੀ ਵਿਲ ਡੂ, ਵੀ ਵਿਲ ਕੰਪੀਟ ਵਿਦ ਅਨਿਲ ਅੰਬਾਨੀ ਜੀ ਹਾਊ ਟੂ ਮੇਕ ਐਨ ਏਅਰਕ੍ਰਾਫਟ। ਦਿਸ ਆਈ ਰਿਕੁਐਸਟਿਡ ਦਾ ਆਨਰੇਬਲ ਸਪੀਕਰ ਇਨ ਦਾ ਲੋਕ ਸਭਾ, ਪਲੀਜ਼ ਲੈਟ ਮੀ ਅਲਾਓ
ਟੂ ਪੁੱਟ ਦਿਸ ਏਅਰਕ੍ਰਾਫਟ ਮੈਨੂਫੈਕਚਰਿੰਗ ਸਕਿੱਲ ਔਨ ਦਾ ਟੇਬਲ ਆਫ ਦਾ ਹਾਊਸ ਔਗਸਟ ਹਾਊਸ ਹਾਂਜੀ ਤੀਜੀ ਕਲਾਸ ਦਿਸ ਇਜ਼ ਨਹੀਂ ਜੀ ਦਿਸ ਇਜ਼ ਆਈ ਹੈਵ ਮੋਰ ਐਕਸਪੀਰੀਅੰਸ ਇਨ ਮੇਕਿੰਗ ਏਅਰਕ੍ਰਾਫਟ ਮੇਰੇ ਕਹਿਣ ਦਾ ਭਾਵ ਹੈ ਨਰਿੰਦਰ ਮੋਦੀ ਜੀ ਨੇ ਯਾਰੀ ਨਿਭਾਉਣ ਵਾਸਤੇ ਅਨਿਲ ਅੰਬਾਨੀ ਜੀ ਨੂੰ ਆਹ ਏਅਰ ਰਫਾਲ ਫਾਈਟਰ ਜੈਟ ਬਣਾਉਣ ਦਾ ਉਹਨਾਂ ਨੂੰ ਕੰਟਰੈਕਟ ਦੇ ਤਾ ਜਿਹਨਾਂ ਨੂੰ ਮੇਰੇ ਖਿਆਲ ਕਾਗਜ਼ ਦਾ ਜਹਾਜ਼ ਬਣਾਉਣਾ ਨਹੀਂ ਆਉਂਦਾ ਇਸ ਦੇ ਨਾਲ ਹੀ ਜਾਖੜ ਨੇ ਦਾਅਵਾ ਕੀਤਾ ਹੈ ਕਿ ਉਹ ਰਾਫੇਲ ਡੀਲ ਘੋਟਾਲੇ ਨੂੰ ਨੰਗਾ ਕਰਕੇ ਹਿੱਸਾ ਲੈਣਗੇ ਦੱਸ ਦਈਏ ਕਿ ਕਾਂਗਰਸ ਨੇ ਬੀਤੇ ਦਿਨੀ ਰਾਫੇਲ ਸੌਦੇ ਨੂੰ ਰਿਲਾਇੰਸ ਦੀ ਝੋਲੀ ਪਾਉਣ ਬਾਰੇ ਸੰਸਦ 'ਚ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਕਾਂਗਰਸ ਨੇ ਸਵਾਲ ਚੁੱਕੇ ਸਨ ਕਿ ਸੌਦੇ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਬਣੀ ਕੰਪਨੀ ਨੂੰ 30,000 crore ਦਾ ਠੇਕਾ ਕਿਵੇਂ ਦੇ ਦਿੱਤਾ ਗਿਆ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਐਨਕ ਕੀ ਤੁਹਾਡੀ ਐਨਕ ਦਾ ਨੰਬਰ ਵਾਰ-ਵਾਰ ਵੱਧ ਰਿਹਾ ਕਾਲਾ ਮੋਤੀਆ ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾਂ ਆਪਰੇਸ਼ਨ ਅੱਖਾਂ ਦੀ ਜੋਤ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ BAMS ਡਾਕਟਰ ਸਹਿਪਾਨਾ ਦੀ ਦੇਖ ਰੇਖ ਹੇਠ ਹੁਣ 100% ਆਯੁਰਵੇਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ ਕੰਡੀਸ਼ਨ ਅਪਲਾਈ ਜ਼ਰੂਰੀ ਸੂਚਨਾ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫ਼ਤ ਇਲਾਜ ਕੀਤਾ ਜਾਂਦਾ ਹੈ